ABC ਪੰਜਾਬ ਦੇ ਖਾਸ ਬਲਿੱਟਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਅੱਜ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ। ਭਾਰਤੀ ਜਨਤਾ ਪਾਰਟੀ ਵੱਲੋਂ ਵਿਧਾਨ ਸਭਾ ਤੇਲੰਗਣਾ ਦੀਆਂ ਚੋਣਾਂ ਲਈ 52 ਉਮੀਦਵਾਰਾਂ ਦਾ ਕੀਤਾ ਐਲਾਨ। 4 ਚ 3 ਸੰਸਦਾਂ ਨੂੰ ਟਿਕਟ ਪਗੰਬਰ ਮੁਹੰਮਦ ਤੇ ਬੋਲਣ ਵਾਲੇ ਨੂੰ ਵੀ ਦਿੱਤੀ ਗਈ ਟਿਕਟ। ਡਿਊਟੀ ਦੌਰਾਨ ਪਹਿਲੀ ਵਾਰ ਅਗਨੀ ਵੀਰ ਦੀ ਗਈ ਜਾਨ। TMC ਦੀ ਨੇਤਾ ਮੋਹਾ ਮੂਤਰਾ ਵਿਵਾਦ ਨੂੰ ਲੈ ਕੇ ਪਾਰਟੀ ਨੇ ਬਣਾਈ ਦੂਰੀ। ਖੁਸ਼ੀ ਨਗਰ ਵਿੱਚ 10 ਸਾਲ ਦੇ ਬੱਚੇ ਵੱਲੋਂ ਇਨਸਾਫ ਦੀ ਮੰਗ ਐਸਡੀਐਮ ਨੂੰ ਕਿਹਾ ਸਰ ਮੰਮੀ ਬਿਮਾਰ ਹੋ ਗਈ ਹੈ ਜ਼ਮੀਨ ਨਹੀਂ ਮਿਲੀ ਸਟੇਟਸ ਦੇਖ ਲਓ ਐਸਪੀ ਨੇਤਾ ਆਜ਼ਮ ਖਾਨ ਬੋਲੇ ਮੇਰਾ ਹੋ ਸਕਦਾ ਇੰਕਾਊਂਟਰ ਹਾਈ ਕੋਰਟ ਦਾ ਆਦੇਸ਼ ਗਾਰਡ ਦੀ ਪਤਨੀ ਨੂੰ 50 ਲੱਖ ਰੁਪਏ ਦਿੱਤੇ ਜਾਣ ਅਤੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਧਣ ਮਾਮਲੇ 'ਚ ਪੰਜਾਬ ਸਰਕਾਰ ਨੂੰ ਐਨਜੀਟੀ ਵੱਲੋਂ ਨੋਟਿਸ ਹੁਣ ਖਬਰਾਂ ਵਿਸਤਾਰ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਤੇਲੰਗਾਨਾ ਵਿਧਾਨ ਸਭਾ ਦੇ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਆ ਪਾਰਟੀ ਨੇ ਰਾਜ ਵਿੱਚ ਆਪਣੇ 4 ਤੋਂ 3 ਲੋਕ ਸਭਾ ਮੈਂਬਰਾਂ ਨੂੰ ਵੀ ਟਿਕਟ ਦਿੱਤਾ ਇਸ ਤੋਂ ਇਲਾਵਾ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇਕਲੌਤੇ ਵਿਧਾਇਕ ਟੀ ਰਾਜਾ ਸਿੰਘ ਨੂੰ ਵੀ ਟਿਕਟ ਮਿਲਿਆ ਟੀ ਰਾਜਾ ਸਿੰਘ ਨੇ ਅਗਸਤ 2022 ਚ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਸੀ ਭਾਰਤੀ ਜਨਤਾ ਪਾਰਟੀ ਨੇ ਲਿਸਟ ਜਾਰੀ ਕਰਕੇ ਥੋੜੀ ਦੇਰ ਪਹਿਲਾਂ ਹੀ ਉਹਨਾਂ ਦਾ ਜਿਹੜਾ ਸਸਪੈਂਸ਼ਨ ਸੀ ਉਹ ਰੱਦ ਕਰ ਦਿੱਤੀ ਇਸ ਤੋਂ ਇਲਾਵਾ 13 ਔਰਤਾਂ ਨੂੰ ਵੀ ਪਹਿਲੀ ਸੂਚੀ ਦੇ ਵਿੱਚ ਉਮੀਦਵਾਰ ਬਣਾਇਆ ਗਿਆ ਜਿਨ੍ਹਾਂ ਦੇ ਨਾਮ ਘੋਸ਼ਿਤ ਕੀਤੇ ਗਏ ਨੇ ਤੇਲਗਾਨਾ ਦੀਆਂ 119 ਸੀਟਾਂ ਤੇ 3 ਨਵੰਬਰ ਨੂੰ ਚੋਣਾਂ ਹੋਣਗੀਆਂ ਚੋਣ ਕਮਿਸ਼ਨ ਨੇ 9 ਅਕਤੂਬਰ ਨੂੰ ਹੀ ਤੇਲਗਾਨਾ ਮੱਧ ਪ੍ਰਦੇਸ਼ ਰਛੇਤੀਸਗੜ ਰਾਜਸਥਾਨ ਅਤੇ ਮਿਜ਼ੋਰਮ ਵਿੱਚ ਵਿਦਾਂ ਸਭਾ ਚੋਣਾਂ ਦੀ ਤਰੀਕਾਂ ਦਾ ਐਲਾਨ ਕੀਤਾ ਸੀ ਪੰਜੇ ਸੂਬਿਆਂ ਦੇ ਰਿਜ਼ਲਟ 3 ਦਸੰਬਰ ਨੂੰ ਆਉਣਗੇ ਭਾਰਤੀ ਜਨਤਾ ਪਾਰਟੀ ਨੇ ਰਾਜ ਦੇ ਫਾਇਰ ਬ੍ਰਾਂਡ ਹਿੰਦੂਵਾਦੀ ਨੇਤਾ ਟੀ ਰਾਜਾ ਸਿੰਘ ਨੂੰ ਗੋਸ਼ਮ ਹਲ ਤੋਂ ਉਮੀਦਵਾਰ ਬਣਾਇਆ ਉਹ ਇਸ ਸੀਟ ਤੋਂ ਹੀ ਫਿਲਹਾਲ ਵਿਧਾਇਕ ਨੇ ਪਿਛਲੇ ਸਾਲ ਟੀ ਰਾਜਾ ਤੇ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੇ ਦੋਸ਼ ਲੱਗੇ ਸਨ ਉਹਨਾਂ ਨੇ ਪੈਗੰਬਰ ਮੁਹੰਮਦ ਨੂੰ ਲੈ ਕੇ अपमानजनक कमेंट ਕੀਤੇ ਸੀ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਇਸ ਤੋਂ ਬਾਅਦ ਉਸ ਨੂੰ ਪਾਰਟੀ ਨੇ सस्पेंड ਕਰ ਦਿੱਤਾ ਸੀ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਭਾਰਤੀ ਜਨਤਾ ਪਾਰਟੀ ਨੇ ਉਹਦੀ ਮੈਂਬਰਸ਼ਿਪ ਬਹਾਲ ਕਰ ਦਿੱਤੀ ਹੈ ਸਿਆਚਨ ਵਿੱਚ ਤਨਾਤ ਅਗਨੀਵੀਰ ਅਕਸ਼ੇ ਲక్ష్ਮਨ ਦੀ ਇੱਕ ਆਪਰੇਸ਼ਨ ਦੌਰਾਨ ਜਾਨ ਚਲੀ ਗਈ ਹੈ న్యూਸ ਏਜੰਸੀ ਮੁਤਾਬਕ ਲక్ష్ਮਨ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਪਹਿਲੇ ਦੇਸ਼ ਦੇ ਅਗਨੀਵੀਰ ਆ ਲక్ష్ਮਨ ਭਾਰਤੀ ਸੈਨਾ ਦੀ ਫਾਇਰ ਹੈਂਡ ਫਿਊਰੀ ਫੂਕੋਰ ਦਾ ਹਿੱਸਾ ਸੰ ਭਾਰਤੀ ਸੈਨਾ ਨੇ ਲਕਸ਼ਮਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੋਸ਼ਲ ਮੀਡੀਆ ਤੇ ਲਿਖਿਆ ਕਿ ਹਾਲਾਂਕਿ ਉਹਨਾਂ ਦੇ ਨਾਮ ਤੇ ਅੱਗੇ ਸ਼ਹੀਦ ਨਹੀਂ ਲਿਖਿਆ ਗਿਆ ਫਾਇਰ ਐਂਡ ਫਿਊਰੀ ਕੋਰਪਸ ਨੇ ਲਿਖਿਆ ਕਿ ਸੈਨਾ ਸਿਆਚਨ ਦੀ ਕਠਨ ਉਚਾਈਆਂ ਤੇ ਡਿਊਟੀ ਦੇ ਦੌਰਾਨ ਅਗਨੀਵੀਰ ਅਕਸ਼ਲ ਲਕਸ਼ਮਨ ਦੇ ਸਰਵੋੱਚ ਬਲਦਾਨ ਨੂੰ ਸਲਾਮ ਕਰਦੀ ਹੈ ਅਗਨੀਵੀਰ ਨੂੰ ਸ਼ਹੀਦਾਂ ਦਾ ਦਰਜਾ ਲੈ ਨੂੰ ਦਰਜਾ ਦੇਣ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਕਾਫੀ ਵਿਵਾਦ ਚੱਲਿਆ ਜਦੋਂ 11 ਅਕਤੂਬਰ ਨੂੰ ਅਗਨੀਵੀਰ ਅਮਰਿਤਪਾਲ ਸਿੰਘ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ ਜਿਸ ਦੇ ਚੱਲਦੇ ਭਾਰਤੀ ਸੈਨਾ ਨੇ ਉਹਨਾਂ ਨੂੰ ਰਾਜੀ ਰਾਜਸੀ ਸਨਮਾਨਾਂ ਨਾਲ ਉਹਦਾ ਸੰਸਕਾਰ ਨਹੀਂ ਕੀਤਾ ਸੀ ਜਿਸ ਕਰਕੇ ਵਿਵਾਦ ਕਾਫੀ ਚੱਲਿਆ ਔਰ ਪੰਜਾਬ ਸਰਕਾਰ ਵੱਲੋਂ ਬਾਅਦ ਚ ਉਹਨਾਂ ਦਾ ਰਾਸਸੀ ਸਨਮਾਨ ਕੀਤਾ ਗਿਆ ਸੰਸਕਾਰ ਕੀਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਉਹਨਾਂ ਦੇ ਘਰ ਜਾ ਕੇ 1 ਕਰੋੜ ਰੁਪਏ ਦਾ ਚੈੱਕ ਦੇ ਕੇ ਆਏ ਸੀ ਉਸ ਤੋਂ ਬਾਅਦ ਸੈਨਾ ਨੇ 3 ਦਿਨ ਬਾਅਦ ਇੱਕ ਬਿਆਨ ਜਾਰੀ ਕਰਨਾ ਪਿਆ ਸੈਨਾ ਨੇ ਕਿਹਾ ਸੀ ਕਿ ਅਮਰਤਪਾਲ ਨੇ ਡਿਊਟੀ ਦੌਰਾਨ ਖੁਦ ਨੂੰ ਗੋਲੀ ਮਾਰ ਲਈ ਸੀ ਅਮਰਤਪਾਲ ਦੇ ਅੰਤਮ ਸੰਸਕਾਰ ਵਿੱਚ ਗੋਡ ਆਫ ਆਨਰ ਨਹੀਂ ਦਿੱਤਾ ਗਿਆ ਸੀ ਕਿਉਂਕਿ ਉਹਨੇ ਖੁਦ ਨੂੰ ਹੀ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ ਜਿਸ ਕਰਕੇ ਅਜਿਹੇ ਕੇਸਾਂ ਵਿੱਚ ਸਨਮਾਨ ਨਹੀਂ ਕੀਤਾ ਜਾਂਦਾ ਸੈਨਾ ਦੇ ਨਿਯਮ ਮੁਤਾਬਕ ਜੁਆਇਨਿੰਗ ਦੇ ਪਹਿਲੇ ਸਾਲ ਅਗਨੀਵੀਰ ਨੂੰ 476 ਲੱਖ ਰੁਪਏ ਦਾ ਪੈਕੇਜ ਮਿਲਦਾ ਫਿਰ 40 ਸਾਲ ਬਾਅਦ ਉਹਦਾ ਹੋਰ ਕਾਰਜਕਾਲ ਵਧ ਜਾਂਦਾ ਫਿਰ ਉਹਨੂੰ 692000 ਰੁਪਏ ਤੱਕ ਵਧਾਇਆ ਜਾਂਦਾ ਫਿਰ ਅਗਨੀਵੀਰ ਨੂੰ ਹਰ ਮਹੀਨੇ 30 ਤੋਂ 40000 ਰੁਪਏ ਦੀ ਸੈਲਰੀ ਮਿਲਦੀ ਹੈ ਇਸ ਤੋਂ ਇਲਾਵਾ ਤਿੰਨਾਂ ਸੈਨਾ ਦੇ 27 ਸੈਂਕੜਿਆਂ ਦੀ ਤਰ੍ਹਾਂ ਅਵਾਰਡ ਮੈਡਲ ਤੇ ਭੱਤਾ ਵੀ ਦਿੱਤਾ ਜਾਂਦਾ ਔਰ ਸਰਕਾਰ 44 ਲੱਖ ਰੁਪਏ ਦਾ ਬੀਮਾ ਵੀ ਕਰਾਉਂਦੀ ਹੈ ਡਿਊਟੀ ਦੌਰਾਨ ਅਗਰ ਅਗਨੀਵੀਰ ਦਾ ਦਿਹਾਂਤ ਹੋ ਜਾਂਦਾ ਤਾਂ ਉਹਨਾਂ ਨੂੰ ਬੀਮੇ ਦੀ ਰਕਮ ਮਿਲੇਗੀ ਪੀੜਤ ਪਰਵਾਰ ਨੂੰ ਇਸ ਤੋਂ ਇਲਾਵਾ ਉਹਨਾਂ ਦੇ ਬਾਕੀ ਜਿਹੜੇ ਬੱਚੋਏ ਕਾਰਜਕਾਲ ਉਦੋਂ ਤੱਕ ਉਹਨੂੰ ਤਨਖਾਹ ਵੀ ਮਿਲਦੀ ਰਹੇਗੀ ਟੀਐਮਸੀ ਦੀ ਸੰਸਦ ਮਹੂਆ ਮੁਇਤਰਾ ਦੇ ਨਾਲ ਜੁੜੇ ਵਿਵਾਦ ਨੂੰ ਲੈ ਕੇ ਪਾਰਟੀ ਨੇ ਕੋਈ ਵੀ ਪੱਖ ਰੱਖਣ ਤੋਂ ਇਨਕਾਰ ਕਰ ਦਿੱਤਾ ਮਹੂਆ ਤੇ ਦੋਸ਼ ਨੇ ਕਿ ਉਹਨਾਂ ਨੇ ਸੰਸਦ ਵਿੱਚ ਅਡਾਨੀ ਗਰੁੱਪ ਨਾਲ ਜੁੜੇ ਸਵਾਲ ਪੁੱਛਣ ਲਈ ਇੱਕ ਬਿਜ਼ਨਸਮੈਨ ਦਰਸ਼ਨ ਹੀਰਾਨਦਾਨੀ ਤੋਂ ਪੈਸੇ ਲੈਨੇ ਇਹਨਾਂ ਦੋਸ਼ਾਂ ਨੂੰ ਲੈ ਕੇ TMC ਦੇ ਪੱਛਮੀ ਬੰਗਾਲ ਦੇ ਜਰਨਲਿਸਟਕਤਰ ਅਤੇ ਬਲਾਰੇ ਕੁਨਾਲ ਗੋਸ਼ ਨੇ ਕਿਹਾ ਕਿ ਪਾਰਟੀ ਨੂੰ ਇਸ ਮਾਮਲੇ ਵਿੱਚ ਕੁਝ ਨਹੀਂ ਕਹਿਣਾ ਸਾਨੂੰ ਲੱਗਦਾ ਕਿ ਜੋ ਇਨਸਾਨ ਇਸ ਵਿਵਾਦ ਵਿੱਚ ਘਿਰਿਆ ਉਹੀ ਇਸ ਤੇ ਗੱਲ ਕਰਨ ਵਾਸਤੇ ਸਭ ਤੋਂ ਸਹੀ ਵਿਕਤੀ ਹੈ ਇੱਕ ਹੋਰ TMC ਨੇਤਾ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਕਿਸੇ ਵੀ ਤਰ੍ਹਾਂ ਦੀ ਕੰਟਰੋਵਰਸ ਵਿੱਚ ਨਹੀਂ ਪੈਣਾ ਚਾਹੁੰਦੀ ਇਸ ਲਈ ਪਾਰਟੀ ਇਸ ਮਾਮਲੇ ਤੋਂ ਦੂਰੀ ਬਣਾ ਕੇ ਚੱਲ ਰਹੀ ਹੈ ਤ੍ਰਿਪੁਰ ਪਾਰਟੀ ਨੇ ਅਜਿਹੇ ਬਿਆਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਰਾਹੁਲ ਸਿਨਹਾ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਟੀਐਮਸੀ ਅਜਿਹੇ ਮਸਲੇ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਨਹੀਂ ਸਕਦੀ ਉਹਨਾਂ ਕਿਹਾ ਕਿ ਜਦ ਟੀਐਮਸੀ ਨੇਤਾ ਗ੍ਰਿਫਤਾਰ ਹੁੰਦੇ ਜਾਂ ਕਿਸੇ ਵਿਵਾਦ ਵਿੱਚ ਘਿਰਦੇ ਨਾ ਤੇ ਟੀਐਮਸੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਂਦੀ ਹੈ ਪਾਰਟੀ ਨੂੰ ਜੇ ਇਹ ਦੱਸਣਾ ਹੋਵੇਗਾ ਕਿ ਮਹੂਆ ਮੋਤਰਾ ਦੇ ਮਸਲੇ ਵਿੱਚ ਪਾਰਟੀ ਉਹਨਾਂ ਨੂੰ ਸਪੋਰਟ ਕਰਦੀ ਹੈ ਜਾਂ ਫਿਰ ਨਹੀਂ ਉਧਰ ਪਾਤੀ ਜਾਂਦਾ ਪਾਰਟੀ ਦੇ ਸੰਸਦ ਨਿਸ਼ੀਕੰਦ ਦੂਬੇ ਨੇ ਮਹੂਆ ਤੇ ਇੱਕ ਹੋਰ ਗੰਭੀਰ ਇਲਜ਼ਾਮ ਲਗਾਏ ਨੇ ਨਿਸ਼ੀਕੰਦ ਨੇ ਸੋਸ਼ਲ ਮੀਡੀਆ ਤੇ ਆਪਣੀ ਪੋਸਟ ਵਿੱਚ ਲਿਖਿਆ ਹੈ ਕੁਝ ਪੈਸੇ ਲਈ ਇੱਕ ਸੰਸਦ ਨੇ ਦੇਸ਼ ਦੀ ਸੁਰੱਖਿਆ ਗਿਰਵੀ ਰੱਖ ਦਿੱਤੀ ਆ ਤੇ ਮੈਂ ਇਸ ਮਸਲੇ ਦੇ ਵਿੱਚ ਲੋਕਪਾਲ ਨੂੰ ਸ਼ਿਕਾਇਤ ਕੀਤੀ ਉਹਨਾਂ ਨੇ ਕਿਹਾ ਕਿ ਦੁਬਈ ਵਿੱਚ ਸੰਸਦ ਦੀ ਆਈਡੀ ਖੋਲੀ ਗਈ ਹੈ ਜਦ ਕਿ ਉਸ ਵਕਤ ਉਹ ਸੰਸਦ ਭਾਰਤ ਵਿੱਚ ਸੀ ਇਸ ਨੈਸ਼ਨਲ ਇਨਫੋਰਮੈਟਿਕ ਸੈਂਟਰ ਐਨ ਆਈ ਸੀ ਤੇ ਪੂਰੀ ਭਾਰਤ ਸਰਕਾਰ ਟਿੱਕੀ ਹੋਈ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਵਿੱਤ ਵਿਭਾਗ ਕੇਂਦਰੀ ਏਜੰਸੀਆਂ ਵੀ ਐਨ ਆਈ ਸੀ ਦੇ ਨਾਲ ਹੀ ਨਿਰਭਰ ਕਰਦੀਆਂ ਨੇ ਤਾਂ ਉਹਨਾਂ ਨੇ ਕਿਹਾ ਕੀ ਹੁਣ ਟੀ ਐਮ ਸੀ ਜਾਂ ਵਿਰੋਧੀ ਦਲਾਂ ਨੂੰ ਇਸ ਮਸਲੇ ਦੇ ਵਿੱਚ ਰਾਜਨੀਤੀ ਕਰਨੀ ਚਾਹੀਦੀ ਹੈ ਜਾਂ ਨਹੀਂ ਇਹ ਫੈਸਲਾ ਦੇਸ਼ ਦੀ ਜਨਤਾ ਨੂੰ ਕਰਨਾ ਚਾਹੀਦਾ ਹੈ ਇੱਕ 10 ਸਾਲ ਦਾ ਬੱਚਾ ਐਸਡੀਐਮ ਦੇ ਦਫ਼ਤਰ ਪਹੁੰਚ ਜਾਂਦਾ ਹੈਗਾ ਤੇ ਉਹ ਇਨਸਾਫ ਦੀ ਮੰਗ ਕਰਦਾ ਕਹਿੰਦਾ ਐਸਡੀਐਮ ਨੂੰ ਜਾ ਕੇ ਕਿ ਮੇਰੀ ਮਾਂ ਬਿਮਾਰ ਹੈ ਸਾਡੇ ਨੂੰ ਜ਼ਮੀਨ ਨਹੀਂ ਮਿਲੀ ਤੇ ਸਟੇਟਸ ਦੇਖ ਲਿਆ ਜਾਵੇ ਮਸਲਾ ਅਸਲ ਦੇ ਵਿੱਚ ਯੂਪੀ ਦੇ ਕੁਸ਼ੀਨਗਰ ਵਿੱਚ 10 ਸਾਲ ਦਾ ਬੱਚਾ ਫਰਿਆਦ ਲੈ ਕੇ ਵੱਡੇ ਅਧਿਕਾਰੀਆਂ ਕੋਲ ਪਹੁੰਚਿਆ ਤੇ ਬੱਚੇ ਨੇ ਕਿ ਸਾਰ ਅਸੀਂ ਪਿਛਲੀ ਵਾਰ ਵੀ ਆਏ ਸੀ ਤੇ ਕਿਹਾ ਗਿਆ ਸੀ ਕਿ ਜ਼ਮੀਨ ਜਿਹੜੀ ਉਹ ਨਾਪ ਲਈ ਗਈ ਹੈ ਲੇਕਿਨ ਅਜੇ ਹਰ ਨਹੀਂ ਹੋਇਆ ਕੇਸ ਦਾ ਸਟੇਟਸ ਵੀ ਤੁਸੀਂ ਦੇਖ ਸਕਦੇ ਹੋ ਮਾਮਲੇ ਨੂੰ 4 ਸਾਲ ਹੋ ਗਏ ਲੇਕਿਨ ਹੁਣ ਤੱਕ ਸਾਡਾ ਕਬਜ਼ਾ ਨਹੀਂ ਹੋ ਸਕਿਆ ਜ਼ਮੀਨ ਮਾਮਲੇ ਵਿੱਚ ਇਨਸਾਫ ਦੀ ਅਪੀਲ ਕਰਨ ਵਾਲੇ ਪਹੁੰਚੇ ਇਸ ਬੱਚੇ ਨੇ ਜਦੋਂ ਆਪਣੀਆਂ ਗੱਲਾਂ ਰੱਖੀਆਂ ਤਾਂ ਉੱਥੇ ਬੈਠੇ ਐਡੀਸ਼ਨਲ ਡਿਸਟ੍ਰਿਕਟ ਮੈਜਿਸਟਰੇਟ ਅਤੇ ਐਸ ਡੀ ਐਮ ਸਵੇ ਸਾਰੇ ਅਧਿਕਾਰੀ ਹੈਰਾਨ ਹੋ ਗਏ ਮਾਮਲਾ 쿠ਸ਼ੀਨਗਰ ਦੇ ਕਾਸਿਆ ਕਸਬੇ ਦਾ ਜਿੱਥੇ 21 ਅਕਤੂਬਰ ਨੂੰ ਤਹਿਸੀਲ ਸਮਾਦਾਨ ਮੌਕੇ ਫਰਿਆਦੀ ਆਪਣੇ ਮਾਮਲੇ ਨੂੰ ਨਿਪਟਾਰੇ ਵਾਸਤੇ ਪਹੁੰਚ ਰਹੇ ਸੀ ਜ਼ਿਆਦਾਤਰ ਜਿਹੜੇ ਬਜ਼ੁਰਗ ਲੋਕ ਸਿਨ ਪਰ ਭੀੜ ਦੇ ਵਿੱਚ ਕੁਝ ਔਰਤਾਂ ਵੀ ਸ਼ਾਮਲ ਸਨ ਇਹਨਾਂ ਵਿੱਚੋਂ ਇੱਕ ਬੱਚਾ ਆਰੀਨ ਵੀ ਆਪਣੇ ਕਾਗਜ਼ ਪੱਤਰ ਲੈ ਕੇ ਨਾਇਬ ਤਹਿਸੀਲ ਦੇ ਸਾਹਮਣੇ ਖੜਾ ਹੋ ਗਿਆ ਕਸਿਆ ਤਹਿਸੀਲ ਦੇ ਜਿਹੜੇ ਤਹਿਸੀਲ ਦਫ਼ਤਰ ਦੇ ਵਿੱਚ ਜਦੋਂ ਫਰਿਆਦ ਸੁਣੀ ਗਈ ਇਸ ਮਸਲੇ ਦੇ ਵਿੱਚ ਜ਼ਿਲ੍ਹਾ ਅਧਿਕਾਰੀ ਵੈਭ ਮਿਸ਼ਰਨ ਕਾਰੇ ਸਨ ਤੇ ਬਾਕੀ ਜਿਹੜੇ ਅਧਿਕਾਰੀ ਹੋਵੇ ਮੌਕੇ ਦੇ ਹਾਜ਼ਰ ਸਨ ਇਸ ਮਸਲੇ ਤੇ ਜਦੋਂ ਬੱਚੇ ਨੇ ਆਪਣੇ ਪਰਿਵਾਰ ਦਾ ਕੇਸ ਰੱਖਿਆ ਤਾਂ ਵੱਡੇ ਵੱਡੇ ਅਧਿਕਾਰੀ ਜਿਹੜੇ ਉਹ 당ਗ ਰਹਿ ਗਏ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਨੇ ਰਾਮਪੁਰ ਤੋਂ ਸੀਤਾਪੁਰਵੇਚ ਨੂੰ ਜੇਲ੍ਹ ਚ ਸ਼ਿਫਟ ਕੀਤਾ ਗਿਆ ਉਹਨਾਂ ਦੇ ਬੇਟੇ ਅਬਦੁੱਲਾ ਆਜ਼ਮ ਨੂੰ ਹਰਦੋਈ ਜੇਲ੍ਹ ਵਿੱਚ ਭੇਜਿਆ ਗਿਆ ਹਾਲਾਂਕਿ ਆਜ਼ਮ ਖਾਨ ਦੀ ਪਤਨੀ ਤਨਜ਼ੀਨ ਫਾਤਿਮਾ ਨੂੰ ਰਾਮਪੁਰ ਜੇਲ੍ਹ ਵਿੱਚ ਹੀ ਰਹੇਗੀ ਆਜ਼ਮ ਅਬਦੁੱਲਾ ਨੂੰ 5 ਵਜੇ ਰਾਮਪੁਰ ਜੇਲ੍ਹ ਤੋਂ ਰਵਾਨਾ ਕੀਤਾ ਗਿਆ ਜੇਲ੍ਹ ਤੋਂ ਨਿਕਲ ਤੋਂ ਬਾਅਦ ਆਜ਼ਮ ਨੇ ਕਿਹਾ ਕਿ ਮੇਰਾ ਇਨਕਾਊਂਟਰ ਕੀਤਾ ਜਾ ਸਕਦਾ ਤੇ ਕੁਝ ਵੀ ਹੋ ਸਕਦਾ ਇਸ ਦਰਹਾਨ ਆਜ਼ਮ ਖਾਨ ਥੋੜਾ ਪਰੇਸ਼ਾਨ ਦੇਖਿਓ ਵਾਰ-ਵਾਰ بیٹے ਅਬਦੁੱਲਾਹ ਦੇ ਨਾਲ ਗੱਲਬਾਤ ਕਰ ਰਹੀ ਸੀ ਉਹਨਾਂ ਦੇ بیٹے ਨੇ ਦੋ ਚਾਦਰਾਂ ਮੰਗੀਆਂ ਸਵੇਪੁਲਿਸ ਕਰਮਚਾਰੀਆਂ ਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਫਿਰ ਪੁਲਿਸ ਵਾਲੇ ਆਜ਼ਮ ਖਾਨ ਨੂੰ ਗੱਡੀ ਵਿੱਚ ਬਿਠਾ ਕੇ ਜਦੋਂ ਬਿਠਾਉਣ ਲੱਗੇ ਤਾਂ ਉਹਨਾਂ ਨੇ ਬੈਠਣ ਤੋਂ ਮਨ੍ਹਾ ਕਰ ਦਿੱਤਾ ਕਮਰਦਰ ਦਾ ਹਵਾਲਾ ਦਿੱਤਾ ਤੇ ਪੁਲਿਸ ਕਰਮਚਾਰੀਆਂ ਨੂੰ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਜਾਵਾਂਗਾ ਚਾਹੇ ਮੇਰੇ ਹੱਥ ਪੈਰ ਤੋੜ ਕੇ ਲੈ ਚਲੋ आज़म खान 9:24 'ਤੇ सीतापुर जेल ਪਹੁੰਚੇ ਜਦਕਿ ਅਬਦੁੱਲਾ ਸਵੇਰੇ 8:20 'ਤੇ ਹਰਦੋਈ ਜੇਲ੍ਹ ਵਿੱਚ ਪਹੁੰਚੇ ਆਜ਼ਮ ਖਾਨ 20 ਮਈ 2022 ਨੂੰ ਸੀਤਾਪੁਰ ਜੇਲ੍ਹ ਵਿੱਚੋਂ ਰਿਹਾਅ ਹੋਏ ਸੀ 16 ਮਹੀਨੇ 22 ਦਿਨ ਬਾਅਦ ਅੱਜ ਫਿਰ ਉੱਥੇ ਪਹੁੰਚ ਗਏ ਨੇ ਤੁਹਾਨੂੰ ਦੱਸ ਦੇ ਕਿ ਦੋ ਜਨਮ ਪ੍ਰਮਾਣ ਪੱਤਰ ਮਾਮਲੇ ਵਿੱਚ रामपुर ਕੋਰਟ ਨੇ ਬੁੱਧਵਾਰ ਨੂੰ ਹੀ ਆਜ਼ਮ ਖਾਨ ਉਹਦੀ ਪਤਨੀ ਤਜ਼ੀਮ ਫਾਤਿਮਾ ਤੇ ਅਬਦੁੱਲਾਹ ਨੂੰ 7-7 ਸਾਲ ਦੀ ਸਜ਼ਾ ਸੁناਈ ਸੀ। ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਅਤੇ ਸਬਦਰਜੰਗ ਹਸਪਤਾਲ ਦੇ ਸੁਰੱਖਿਆ ਗਾਰਡ ਦੀ ਪਤਨੀ ਨੂੰ 50 ਲੱਖ ਰੁਪਏ ਦੇਣ ਦਾ ਨਿਰਦੇਸ਼ ਦਿੱਤਾ। ਗਾਰਡ ਦੀ ਕੋਰੋਨਾ ਮਹਾਮਾਰੀ ਦੌਰਾਨ ਡਿਊਟੀ ਕਰਦੇ ਹੋਏ ਉਹਨਾਂ ਦੀ ਮੌਤ ਹੋ ਗਈ ਸੀ। ਹਾਈ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਸਿਰਫ ਉਹਨਾਂ ਲੋਕਾਂ ਪ੍ਰਤੀ ਛੋਟੀ ਸੋਚ ਨਹੀਂ ਰੱਖ ਸਕਦੀ ਜੋ ਮਹਾਮਾਰੀ ਦੇ ਦੌਰਾਨ ਕੋਵਿਡ-19 ਵਾਰਡ ਜਾਂ ਕੋਵਿਡ-19 ਸੈਂਟਰ ਵਿੱਚ ਤਣਾਸ ਅਜਿਹੇ ਲੋਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ ਇਹ ਬੀਮਾ ਯੋਜਨਾ ਤਹਿਤ ਮਦਦ ਦੇਣੀ ਚਾਹੀਦੀ ਹੈ। ਦਿੱਲੀ ਹਾਈ ਕੋਰਟ ਦੇ ਜਸਟਿਸ ਸੁبرਮਣੀ ਪ੍ਰਸ਼ਾਦ ਨੇ ਮਾਮਲੇ ਦੀ ਸਰਵਾਈ ਕਰਦੇ ਹੋਏ ਕਿਹਾ ਕਿ ਮਹਾਂਮਰੀ ਦੇ ਦੌਰਾਨ ਲੋਕ ਵਾਇਰਸ ਦੀ ਜਾਂਚ ਕਰਾਉਣ ਲਈ ਹਸਪਤਾਲਾਂ ਵਿੱਚ ਭੀੜ ਲਗਾ ਰਹੇ ਸਨ ਉਸ ਸਮੇਂ ਸੁਰੱਖਿਆ ਗਾਰਡ ਅਤੇ ਪੈਰਾਮੈਡੀਕਲ ਕਰਮਚਾਰੀਆਂ ਨੂੰ ਹਸਪਤਾਲ ਵਿੱਚ ਨਾ ਸਿਰਫ ਸੁਰੱਖਿਆ ਵਿਵਸਥਾ ਬਣਾਈ ਰੱਖੀ ਬਲਕਿ ਮਰੀਜ਼ਾਂ ਦਾ ਵੀ ਧਿਆਨ ਰੱਖਿਆ। ਇਹ ਜਾਣਨ ਤੋਂ ਬਾਅਦ ਵੀ ਅਜਿਹਾ ਨਹੀਂ ਕਰ ਸਕਦੇ ਕਿ ਹਸਪਤਾਲ ਅਤੇ ਕੋਵਿਡ-19 ਦੇ ਸੈਂਟਰਾਂ ਦੇ ਤਨਾਤ ਸੁਰੱਖਿਆ ਗਾਰਡ ਕਰੋਨਾ ਮਰੀਜ਼ਾਂ ਦੇ ਸਿੱਧੇ ਸੰਪਰਕ ਵਿੱਚ ਨਹੀਂ ਸਨ ਹਾਈ ਕਮ ਨੇ ਕਹਿ ਕੇ ਅਸੀਂ ਜਾਣਦੇ ਹਾਂ ਕਿ ਕਰੋਨਾ ਮਹਾਮਾਰੀ ਹਵਾ ਤੇ ਮਰੀਜ਼ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਹੀ ਫੈਲਦੀ ਸੀ ਜੇਕਰ ਕੋਈ ਕਰੋਨਾ ਮਰੀਜ਼ ਹਸਪਤਾਲ 'ਚ ਜਾਂਚ ਕਰਾਉਣ ਆ ਰਿਹਾ ਤਾਂ ਉਹ ਡਾਕਟਰ ਨਰਸ ਸੁਰੱਖਿਆ ਗੜ ਜਾਂ ਪੈਰਾ ਮੈਡੀਕਲ ਸਟਾਫ ਵੀ ਹੋ ਸਕਦਾ ਜੋ ਉਸ ਸਮੇਂ ਪੋਜ਼ਿਟਿਵ ਪਾਏ ਗਏ ਸਨ ਤਾਂ ਦੱਸ ਦਈਏ ਕਿ ਇਸ ਕਰੋਨਾ ਮਹਾਮਾਰੀ ਦੌਰਾਨ ਵਿਸ਼ਵ ਸਿਹਤ ਸੰਗਠਨ WHO ਨੇ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਕਰੋਨਾ ਦੇ ਨਾਲ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ। ਦਿੱਲੀ ਵਿੱਚ ਹਵਾ ਪ੍ਰਦੂਸ਼ਣ ਤੋਂ ਵਧਣ ਤੋਂ ਬਾਅਦ ਪ੍ਰਾਲੀ ਕਾਰਨ ਦੱਸਿਆ ਜਾ ਰਿਹਾ। ਇਸ ਤੇ ਚਿੰਤਾ ਕਰਦੇ ਹੋਏ ਨੈਸ਼ਨਲ ਗ੍ਰੀਨ ਟਰਿਬਿਊਨਲ ਨੇ ਪੰਜਾਬ ਦੇ ਮੁਖ ਸਕੱਤਰ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਨੂੰ ਨੋਟਿਸ ਜਾਰੀ ਕਰ ਦਿੱਤਾ। ਇਸ ਮਾਮਲੇ ਦੀ ਅਗਲੀ ਸੁਣਵਾਈ 8 ਨਵੰਬਰ ਨੂੰ ਤੈਅ ਕੀਤੀ ਗਈ ਹੈ। ਉਧਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਪ੍ਰਾਲੀ ਸਾੜਨ ਦੇ ਮਾਮਲੇ ਵਿੱਚ ਦੱਸਿਆ ਗਿਆ ਕਿ 50% ਦੀ ਜਿਹੜਾ ਘੱਟ ਪਰਾਲੀ ਸਾੜ ਦੇ ਜਿਹੜੇ ਕੇਸ ਦਾ ਟੀਚਾ ਰੱਖਿਆ ਗਿਆ ਰਿਪੋਰਟ ਵਿੱਚ ਕਿਹਾ ਗਿਆ ਕਿ ਸਰਦੀਆਂ ਦੇ ਜਿਹੜੇ ਪੰਜਾਬ ਵਿੱਚ ਪਰਾਲੀ ਨੂੰ ਸਾੜਨਾ ਤੇ ਦਿੱਲੀ ਅਤੇ ਆਸ-ਪਾਸ ਜਿਹੜੇ ਐਨਸੀਆਰ ਏਰੀਆ ਵਿੱਚ ਪ੍ਰਦੂਸ਼ਣ ਦਾ ਵੱਧਦਾ ਕਾਰਨ ਜਿਹੜਾ ਉਹ ਮੁੱਖ ਕਾਰਨ ਪੰਜਾਬ ਚ ਜਿਹੜ ਨੂੰ ਪਰਾਲੀ ਨੂੰ ਸਾੜਿਆ ਜਾਂਦਾ ਦਰਸਲ ਐਨਜੀਟੀ ਚੇਅਰਮੈਨ ਪ੍ਰਕਾਸ਼ श्रीवास्तव ਤੇ ਮਾਹਰਸ ਮੈਂਬਰ ਏ ਸੰਥਲ ਵੈਲ ਦੇ ਬੈਂਚ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇੱਕ ਰਿਪੋਰਟ ਦਾ ਜ਼ਿਕਰ ਕਰਦੇ ਕਿਾ ਕਿ ਇਸ ਤੋਂ ਬਾਅਦ ਉਹਨਾਂ ਨੂੰ ਸੋਮੋਟੂ ਲੈਣਾ ਪਿਆ ਤੇ ਐਨਜੀਟੀ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਜਿਸ ਵਿੱਚ ਖੇਤਾਂ ਵਿੱਚ ਅੱਗ ਲਗਾਉਣ ਦੇ ਮਸਲੇ ਦੇ ਵਿੱਚ ਉਹਨਾਂ ਨੇ ਕਈ ਜਿਹੜੇ ਹੌਟਸਪੌਟ ਜ਼ਿਲ੍ਹਿਆਂ ਦੇ ਨਾਮ ਵੀ ਜ਼ਿਕਰ ਕੀਤੇ ਰਿਹਾ ਜਿੱਥੇ ਸਭ ਤੋਂ ਜ਼ਿਆਦਾ ਇਹ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰੀਆਂ ਨੇ ਇਸ ਵਿੱਚ ਪੀਸੀਬੀ ਅਧਿਕਾਰੀਆਂ ਸਮੇਤ ਸੂਬੇ ਦੇ ਅਧਿਕਾਰੀਆਂ ਨੂੰ ਹੌਸਪਟਲ ਜ਼ਿਲ੍ਹੇ ਦੇ ਅੰਦਰ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਦੀ ਪਛਾਣ ਕਰਨ ਦੀ ਵੀ ਜ਼ਰੂਰਤ ਤੇ ਦੇਸ਼ ਦਿੱਤਾ ਐਨਜੀਟੀ ਦੇ ਬੈਂਚ ਨੇ ਦਾਹਿਣਾ ਕਿ ਜਿਸ ਸਮੇਂ ਪ੍ਰਾਲੀ ਸਾੜੀ ਜਾਂਦੀ ਆ ਉਹਦਾ ਮੁੱਖ ਸਮਾਂ 15 ਸਤੰਬਰ ਤੋਂ 30 ਨਵੰਬਰ ਦੇ ਵਿਚਕਾਰ ਹੁੰਦਾ ਇਸ ਲਈ ਇਸ ਸਮੇਂ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਉਲੰਘਣਾ ਕਰਨ ਵਾਲਿਆਂ ਦੀ ਪਛਾਣ ਜੁਰਮਾਨਾ ਲਗਾਉਣਾ ਅਤੇ ਉਹਨਾਂ ਨੂੰ ਸੁਧਾਰ ਕਰਨ ਵਾਸਤੇ ਅਜਿਹੇ ਕਈ ਤਰੀਕੇ ਅਪਣਾਉਣੇ ਚਾਹੀਦੇ ਨੇ ਤਾ ਜੋ ਉਹ ਪ੍ਰਾਲੀ ਨਾ ਸਾੜਿਆ ਕਰਨ ਉਹਨਾਂ ਇਹ ਵੀ ਕਿਹਾ ਕਿ ਐਨਸੀਆਰ ਅਤੇ ਨੇੜਲੇ ਖੇਤਰਾਂ ਦੇ ਵਿੱਚ ਹਵਾ ਜਿਹੜਾ ਪ੍ਰਦੂਸ਼ਣ ਉਸ ਮਸਲੇ ਦੇ ਵਿੱਚ ਉਹਨਾਂ ਨੇ ਇੱਕ ਹਵਾ ਗੁਣਵੱਤਾ ਪ੍ਰਬੰਧਕ ਕਮਿਸ਼ਨ ਦੀ ਇੱਕ ਰਿਪੋਰਟ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ 2022 ਵਿੱਚ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਦੀ ਅਸਲ ਗਿਣਤੀ ਅਤੇ ਇਸ ਦਰਾਂ ਉਹਨਾਂ ਨੂੰ ਘਟਕਾ ਦੇ ਜਿਹੜੇ ਲੱਛਣ ਉਹ ਦੱਸੇ ਗਏ ਸੀ ਟਰਬਿਊਨਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਖੇਤਰ ਵਾਈਜ਼ ਫਸਲ ਅਵਸ਼ੇਸ਼ ਪ੍ਰਬੰਧਨ ਯੋਜਨਾ ਤਿਆਰ ਕਰਨ ਅਤੇ ਰਿਕਾਰਡ ਤੇ ਰੱਖਣ ਦਾ ਵੀ ਨਿਰਦੇਸ਼ ਦਿੱਤੇ ਨੇ ਇਸੇ ਦਰਾਨ ਪੀਪੀਸੀਬੀ ਨੇ ਖੇਤਾਂ ਵਿੱਚ ਲੱਗੀ ਅੱਗ ਤੇ ਨજર ਰੱਖਣ ਲਈ ਦਾਵਾ ਕੀਤਾ ਕਿ ਉਹਨਾਂ ਵੱਲੋਂ ਠੋਸ ਕਦਮ ਚੁੱਕੇਗੇ ਨੇ ਪਿਛਲੇ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਸੰਖਿਆ 70000 ਤੋਂ ਘਟ ਕੇ 50000 ਕਰਨ ਦੇ ਦਾਅਵੇ ਤੋਂ ਬਾਅਦ ਪੀਪੀਸੀਬੀ ਨੇ ਇਸ ਸਾਲ ਇਸ ਵਿੱਚ 50% ਦੀ ਹੋਰ ਕਮੀ ਲਿਉਂਦਾ ਟਾਰਗੇਟ ਰੱਖਿਆ ਹੁਣ ਤੱਕ ਸੂਬੇ ਅੰਦਰ ਤਕਰੀਬਨ ਚੰਦਰ 1400 ਖੇਤਾਂ ਵਿੱਚ ਅੱਗ ਲਗਾਈ ਗਈ ਹੈ ਤੇ ਹਵਾ ਗੁਣਵੱਤਾ ਸੂਚਕ 100 ਤੋਂ 150 ਦੇ ਕਰੀਬ ਬਣਿਆ ਹੋਇਆ ਤੇ ਪੀਸੀਬੀ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਤੇ 10 ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿੱਥੇ ਪਿਛਲੇ ਸਾਲ ਸਭ ਤੋਂ ਜ਼ਿਆਦਾ ਪਰਾਲੀ ਨੂੰ ਅੱਗ ਲਗਾਈ ਗਈ ਸੀ ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਹੀ ਸਮਾਪਤ ਕਰਦੇ ਹਾਂ ਵਧੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ